ਨਮਸਕਾਰ ਦੋਸਤੋ, ਤੁਸੀਂ ਦੇਖ ਰਹੇ ਹੋ ਦੇਖੋ ਨਿਊਜ਼ ਇੰਡੀਆ ਚੈਨਲ। ਅੱਜ ਤੁਹਾਨੂੰ ਨਵੀਆਂ ਖਬਰਾਂ ਲੈ ਕੇ ਆਏ ਹਾਂ। ਅੱਜ ਸ਼ੰਭੂ ਬੈਨਰਜੀ ਸਮਾਜ ਅਧਿਕਾਰ ਕਲਿਆਣ ਪਾਰਟੀ ਵੱਲੋਂ ਹੋਈ ਮੀਟਿੰਗ ਫਤਿਹਗੜ੍ਹ ਸਾਹਿਬ ਦੇ ਵਿੱਚ, ਉਹਨਾਂ ਨੇ ਆਪ ਆਪਣੀ ਪਾਰਟੀਆਂ ਨੂੰ ਅਤੇ ਵੋਟਾਂ ਵਿੱਚ ਬਹੁਤ ਹੀ ਹਾਸਿਲ ਕਰਾਂਗੇ ਅਤੇ ਲੋਕਾਂ ਦੇ ਹੋ ਰਹੀਆਂ ਤੱਕਾਂ ਅਤੇ ਬੇਇਨਸਾਫ ਅਸੀਂ ਛੇਤੀ ਛੇਤੀ ਇਨਸਾਫ ਦਵਾਵਾਂਗੇ। ਆਓ ਤੁਹਾਨੂੰ ਉਹਨਾਂ ਦੇ ਸਾਥੀਆਂ ਅਤੇ ਸ਼ੰਭੂ ਬੈਨਰਜੀ ਦੇ ਹੋਈ ਮੀਟਿੰਗ ਦੇ ਤੁਹਾਨੂੰ ਜਿਹੜੀ ਸਾਡਾ ਲੋਕ ਸਭਾ ਕੈਂਡੀਡੇਟ ਫਤਿਹਗੜ੍ਹ ਸਾਹਿਬ ਦੇ ਗੁਰਬਚਨ ਸਿੰਘ ਜੀ ਬਲ ਜੀ, ਇਹਨਾਂ ਦੇ ਹਲਕੇ 'ਚ ਅਸੀਂ ਮੀਟਿੰਗ ਰੱਖੀ ਹੈ। ਨਾਲ ਬੈਠੇ ਮੇਰੇ ਚੰਡੀਗੜ੍ਹ ਦੇ ਆਪਣਾ ਪੰਜਾਬ ਦੇ ਪ੍ਰਦੇਸ਼ ਅਧਿਅਕਸ਼ ਦਵਿੰਦਰ ਸਿੰਘ ਰਾਮਗਰੀਆ ਜੀ, ਮਹਿਲਾ ਵਿੰਗ ਦੇ ਪੈਜੇ ਨੂੰ ਸੁਸ਼ਮਾ ਸਿੰਗਲਾ ਜੀ, ਮਮਤਾ ਸ਼ਰਮਾ ਜੀ, ਨਾਲ ਬੈਠੇ ਸਾਡੇ ਬਠਿੰਡੇ ਹਲਕੇ ਦੇ ਉਮੀਦਵਾਰ ਭੁਪਿੰਦਰ ਸਿੰਘ ਗਰਿੰਗ ਜੀ ਔਰ ਸਭੀ ਪਾਰਟੀ ਲੀਡਰਸ। ਅੱਜ ਇਹਨਾਂ ਨੇ ਮੀਟਿੰਗ ਰੱਖੀ ਸੀਗੀ। ਅਸੀਂ ਬੇਸਿਕਲੀ ਆਏ ਇੱਥੇ ਮੀਟਿੰਗ ਵਾਸਤੇ ਕਿ ਲੋਕ ਸਭਾ ਚੁਣਾਵਾਂ ਨੂੰ ਲੈ ਕੇ ਕਿ ਸਾਰੇ ਵਰਕਰਾਂ ਨੂੰ ਲੀਡਰਾਂ ਨੂੰ ਅਸੀਂ ਇੱਕ ਹਿਦਾਇਤ ਦਿੱਤੀ ਕਿ ਅਸੀਂ ਇਹ ਚੁਣਾਵ ਜਿੱਤਣਾ ਪੰਜਾਬ ਦੇ। ਪੰਜਾਬ ਦੇ ਵਿੱਚ ਅਸੀਂ 13 ਦਾ 13 ਲੋਕ ਸਭਾ ਸੀਟਾਂ 'ਚ ਆਪਣੇ ਬੰਦੇ ਖੜੇ ਕੀਤੇ ਹੈ ਔਰ ਹਰ ਚੁਣਾਵ ਦੇ ਮਤਲਬ ਕੌਂਸਟੀਚੁਐਂਸੀ ਦੇ ਅੰਦਰ ਅਸੀਂ ਵਧੀਆ ਦੇ ਵਧੀਆ ਕੰਮ ਕਰੀਏ, ਲੋਕਾਂ ਦੇ ਕੋਲ ਜਾਈਏ ਔਰ ਇੱਕ ਬੂਥ ਲੈਵਲ 'ਤੇ, ਪਿੰਡ ਲੈਵਲ 'ਤੇ, ਸ਼ਹਿਰ ਲੈਵਲ 'ਤੇ ਅਸੀਂ ਉਹਨਾਂ ਦੇ ਕੋਲ ਆਪਣੀ ਆਵਾਜ਼ ਪਹੁੰਚਾਈਏ ਕਿ ਸਮਾਜ ਅਧਿਕਾਰ ਕਲਿਆਣ ਪਾਰਟੀ ਭਾਰੀ ਤਾਦਾਦ 'ਤੇ ਵੋਟਾਂ 'ਤੇ ਸਾਨੂੰ ਜਿੱਤੀ ਔਰ ਜਿਹਦੇ ਵਿੱਚ ਸਾਡੇ ਕੈਂਡੀਡੇਟ ਨੂੰ ਗੁਰਬਚਨ ਸਿੰਘ ਬੰਮ ਨੂੰ ਔਰ ਬਠਿੰਡੇ ਕੈਂਡੀਡੇਟ ਸਾਹਿਬ ਗਰਿੰਗ ਸਾਹਿਬ ਬੈਠੇ ਹਨ, ਬਹੁਤ ਸਪੋਰਟ ਮਿਲੀ, ਲੋਕਾਂ ਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਕਿ ਜਿਹੜੀ ਪੰਜਾਬ 'ਚ ਇਹ ਦੋਨੋਂ ਸਰਕਾਰਾਂ ਨੇ, ਕਿਉਂਕਿ ਪੰਜਾਬ ਇੱਕ ਉਹ ਧਰਤੀ ਹੈ ਜਿੱਥੇ ਗੁਰੂਆਂ ਪੀਰਾਂ ਦੀ ਧਰਤੀ ਔਰ ਹਰ ਚੀਜ਼ ਦੇ ਇੱਥੇ, ਲੇਕਿਨ ਇੱਥੇ ਦੀ ਜਨਤਾ ਨੂੰ ਇਹ ਦੋਨੋਂ ਪਾਰਟੀਆਂ ਬੇਕੂ ਬਣਾ, ਇੱਥੇ ਦੀ ਜਨਤਾ ਨੂੰ ਅਲਟਰਨੇਟ ਤੀਜੀ ਪਾਰਟੀ ਕੋਈ ਹੈ। ਇਸ ਕਰਕੇ ਇਸ ਵਾਰ ਸਮਾਜ ਅਧਿਕਾਰ ਕਲਿਆਣ ਪਾਰਟੀ ਭਾਰੀ ਬਹੁਮਤ ਤੋਂ ਪੰਜਾਬ ਤੋਂ ਇੱਕ ਵਿਸ਼ਾਲ ਜਿੱਤ ਹਾਸਿਲ ਕਰੀ, ਜਿਹਦੇ ਕਰਕੇ ਅੱਜ ਇਹਨਾਂ ਨੂੰ ਸਾਡੇ ਜਿਹੜੇ ਲੀਡਰ ਸਾਹਿਬਾਨ ਸੀਗੇ, ਸਾਡੇ ਵਲੰਟੀਅਰ ਸੀਗੇ, ਸਾਡੇ ਸੇਵਾਦਾਰ ਸੀ, ਉਹਨਾਂ ਨੂੰ ਹਿਦਾਇਤ ਦਿੱਤੀ ਕਿ ਤੁਸੀਂ ਲੋਕਾਂ ਦੇ ਕੋਲ ਜਾਓਗੇ, ਆਪਣੀ ਪਾਰਟੀ ਦੀ ਪ੍ਰਚਾਰ ਕਰੋਗੇ ਔਰ ਇੱਕ ਇਲੈਕਸ਼ਨ ਕਮਿਸ਼ਨਰ ਦੀ ਹਿਦਾਇਤ ਅਨੁਸਾਰ ਡਿਸਿਪਲਨ 'ਤੇ ਰਹਿ ਕੇ ਕੰਮ ਕਰੋਗੇ। ਮਤਲਬ ਕੋਈ ਵੀ ਉਲੰਘਣ ਕਰਕੇ ਅਸੀਂ ਜਿੱਦਾਂ ਬਾਕੀਆਂ ਪਾਰਟੀ ਕਰ ਰਹੇ ਅਸੀਂ ਨਹੀਂ ਕਰਨਾ, ਉਹਨਾਂ ਦੇ ਰੂਲ ਰੈਗੂਲੇਸ਼ਨ ਨੂੰ ਫੋਲੋ ਕਰਨਾ ਔਰ ਆਪਣੇ ਉਮੀਦਵਾਰ ਨੂੰ ਅਸੀਂ ਕਹੋ ਤੁਸੀਂ 3 ਵਜੇ 3 ਵਜੇ ਤੱਕ ਤੁਸੀਂ ਕੰਮ ਕਰੋ, ਬਾਹਰੀ ਬਹੁ ਮੁਕਤੀ ਅਸੀਂ ਜਿੱਤ ਹਾਸਿਲ। ਕਿੰਨੇ ਕੁ ਸਟੇਟਾਂ 'ਚ ਆਪਣੇ ਪ੍ਰਚਾਰ? ਹਾਂ, ਜਿੱਦਾਂ ਚੰਡੀਗੜ੍ਹ ਹੋ ਰਹੀ ਹੈ ਸਾਡੇ, ਅਸੀਂ ਚੰਡੀਗੜ੍ਹ ਕਰ ਰਹੇ ਹਾਂ, ਝਾਰਖੰਡ ਕਰ ਰਹੇ ਹਾਂ, ਹੁਣ ਕਈ ਸਟੇਟਾਂ 'ਚ ਸਾਡੇ ਆਏ। ਅਸੀਂ ਖਾਸ ਕਰਕੇ ਉਮੀਦਵਾਰ ਨੂੰ ਦੇਖ ਰਹੇ ਕਿ ਉਮੀਦਵਾਰ ਕਿੰਨਾ ਸਾਡੇ ਕੋਲ ਕੈਪੇਬਿਲਿਟੀ ਹੈ। ਅੱਧੇ ਤੋਂ ਜ਼ਿਆਦਾ ਲੋਕ ਤੁਸੀਂ ਦੇਖ ਰਹੇ ਹੋ, ਮੈਂ ਮੀਡੀਆ ਦੇ ਮਾਧਿਅਮ 'ਤੇ ਕਹਿੰਦਾ, ਬਥੇਰੇ ਲੋਕ ਇਲੈਕਸ਼ਨ ਉਹ ਲੜਨਾ ਨਹੀਂ ਚਾਹੁੰਦੇ, ਉਹ ਸਿਰਫ ਇੱਕ ਇਲੈਕਸ਼ਨ ਨੂੰ ਬਿਜ਼ਨਸ ਬਣਾਉਣਾ ਚਾਹੁੰਦੇ ਕਿ ਪਾਰਟੀ ਵੱਲੋਂ ਟਿਕਟ ਦੇ ਦਿੰਦੇ ਫਿਰ ਜਾ ਕੇ ਦੂਜੇ ਪਾਸੋਂ ਚਲੇ ਜਾਂਦੇ। ਮਤਲਬ ਅਸੀਂ ਬਹੁਤ ਕੁਝ ਵਿਚਾਰ ਕਰ ਰਹੇ ਕਿ ਅਸੀਂ ਉਸ ਬੰਦੇ ਨੂੰ ਲਾ ਰਹੇ ਜਿਹੜਾ ਸੇਵਾ ਭਾਵਨਾ ਕਰਨਾ ਚਾਹੁੰਦਾ,
ਕਿ ਕਿਸੇ ਵੀ ਪਾਰਟੀ ਤੋਂ ਅਸੀਂ ਓਪਨਲੀ ਡਿਬੇਟ ਕਰਨ ਵਾਸਤੇ ਤਿਆਰ ਹੈ, ਸਾਡੇ ਜਿਹੜੇ ਵੀ ਕੈਂਡੀਡੇਟ ਖੜ੍ਹੇ ਹੋਏ, ਕਿ ਕਿਸੇ ਵੀ ਪਾਰਟੀ, ਚਾਹੇ ਉਹ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਤੁਸੀਂ ਓਪਨਲੀ ਉਹਨਾਂ ਦਾ ਮੈਨੀਫੈਸਟੋ 'ਚ ਦੇਖੋ ਜਾਂ ਸਾਡਾ ਜਿਹੜੀ ਪਾਰਟੀ ਫਾਰਮ ਉਸ 'ਚ ਦੇਖੋ ਕਿ ਅੱਧਾ ਪੈਸਾ ਕੈਂਡੀਡੇਟ ਜਿੱਤਣ ਦੇ ਬਾਅਦ ਅੱਧਾ ਪੈਸਾ ਉਹ ਗਰੀਬ ਬੱਚਿਆਂ ਦੀ ਐਜੂਕੇਸ਼ਨ 'ਚ ਖਰਚ ਹੋਏਗਾ, ਉਹ ਬਿੱਡੋ ਪਰਿਵਾਰ ਨੂੰ ਦੇਣਗੇ। ਕਿਸਾਨ ਵਾਸਤੇ ਅਸੀਂ ਸੋਚ ਰਹੇ, ਜਵਾਨ ਵਾਸਤੇ ਅਸੀਂ ਸੋਚ ਰਹੇ ਕਿ ਚੰਡੀਗੜ੍ਹ ਪੰਜਾਬ ਪੁਲਿਸ ਦੇ ਜਿੰਨੇ ਵੀ ਜਵਾਨ ਹੋਣਗੇ 8 ਘੰਟੇ ਡਿਊਟੀ ਹੋਣਗੇ ਇਹਨਾਂ ਦਾ, 8 ਘੰਟੇ ਦੇ ਬਾਅਦ 9 ਘੰਟੇ ਡਿਊਟੀ ਇਹ ਨਹੀਂ ਕਰਨਗੇ, ਐਕਸਟਰਾ ਫੋਰਸ ਰੱਖੇਂਗੇ ਅਸੀਂ ਅਲੱਗ ਤੋਂ ਉਹ ਕਰੇਂਗੇ। ਕਿ ਸਰਕਾਰ ਸਾਨੂੰ ਬਹੁਤ ਕੁਛ ਦਿੰਦੀ ਹੈ, ਸਰਕਾਰ ਜਿਹੜਾ ਐਮ ਪੀ ਜਿੱਦਾ ਉਹ ਸਵੈਮ ਸਰਕਾਰ ਹੈ, ਇਹ ਨਹੀਂ ਕਿ ਪਾਵਰ 'ਚ ਉੱਥੇ ਕਿਸੇ ਨੂੰ 400 ਸੀਟ ਮਿਲੀ, ਕਿਸੇ 200 ਨੂੰ ਮਿਲੀ, ਇੱਦਾਂ ਨਹੀਂ ਹੁੰਦਾ। ਆਪਣੇ ਹਲਕੇ ਦਾ ਲੋਕ ਸਭਾ ਉਮੀਦਵਾਰ ਐਮ ਪੀ, ਉਹਦੇ ਕੋਲ ਇੰਨਾ ਪਾਵਰ ਹੈ ਕਿ ਉਹ 15 ਲੱਖ ਵੋਟਾਂ ਦੇ ਅੰਦਰ ਹਰ ਬੇਰੁਜ਼ਗਾਰ ਨੂੰ ਰੁਜ਼ਗਾਰ ਦੇ ਸਕਦਾ, ਹਰ ਕਿਸਾਨ ਨੂੰ ਮੁਆਵਜ਼ਾ ਦੇ ਸਕਦਾ, ਹਰ ਕਿਸੇ ਨੂੰ ਸਿਸਟਮ ਨੂੰ ਐਡਮਿਨਿਸਟ੍ਰੇਟਿਵ ਸਿਸਟਮ ਨੂੰ ਵਧੀਆ ਤਰੀਕੇ ਨਾਲ ਚਲਾ ਸਕਦਾ। ਅਤੇ ਉਸ ਕਰਕੇ ਅਸੀਂ ਕੁੱਲ ਮਿਲਾ ਕੇ ਅਸੀਂ 40-45 ਸੀਟਾਂ 'ਚ ਅਸੀਂ ਇਲੈਕਸ਼ਨ ਲੜ ਰਹੇ ਹਾਂ ਅੱਜ ਦੀ ਡੇਟ 'ਚ। ਬਾਕੀ ਦੇਖੋ ਕੀ ਹੋਏਗਾ ਨੈਕਸਟ, ਕਿ ਪੰਜਾਬ ਦਾ ਸਾਡਾ ਜਿਹੜਾ ਹੈ ਕਿ ਪੰਜਾਬ 'ਤੇ ਅਸੀਂ ਬਿਲਕੁਲ 100% ਅਸੀਂ ਜਿੱਤ ਹਾਸਿਲ ਕਰਾਂਗੇ, ਜ਼ੋਰ ਸਾਰੀ ਨਾਮ 'ਤੇ, ਲੇਕਿਨ ਅਸੀਂ ਜੀਤ ਕਰਾਂਗੇ। ਸਾਨੂੰ ਲੋਕਾਂ ਦਾ ਪਿਆਰ ਬਹੁਤ ਮਿਲ ਰਿਹਾ, ਆਸ਼ੀਰਵਾਦ ਬਹੁਤ ਮਿਲ ਰਿਹਾ, ਲੋਕ ਦੁਖੀ ਬਹੁਤ ਹੈ ਇੱਥੇ ਇਹਨਾਂ ਦੇ ਸਿਸਟਮ 'ਤੇ, ਕਿ ਲੋਕ ਨੇ ਸਭ ਨੇ ਜਗੀਰ ਬਣਾ ਰੱਖਿਆ, ਉਸ ਜਗੀਰ ਨੂੰ ਤੋੜਨ ਵਾਸਤੇ ਅਸੀਂ ਸਮਾਜ ਅਧਿਕਾਰ ਕਲਿਆਣ ਪਾਰਟੀ ਨੂੰ ਅੱਜ ਲਾਏ, ਉਹਨਾਂ ਦੀ ਅਸੀਂ ਸਪੋਰਟ ਜਿਹਦਾ ਤੁਸੀਂ ਦੇਖ ਰਹੇ ਹੋ, ਕਾਫੀ ਜ਼ਿਆਦਾ ਲੋਕ ਸਾਨੂੰ।